ਹਾਂਜੀ ਵੀ ਗੁੱਡ ਮਾਰਨਿੰਗ ਮਿੱਤਰੋ ਅਤੇ ਨਹੀਂ ਗੁੱਡ ਆਫਟਰਨੂਨ ਮਿੱਤਰੋ, ਵੈਲਕਮ ਟੂ ਤੁਹਾਡਾ ਆਪਣੇ ਯੂਟਿਊਬ ਚੈਨਲ ਨਵਦਿਲ ਵਲੌਗ 'ਤੇ। ਅਤੇ ਅੱਜ ਆਪਾਂ ਇੱਥੇ ਅੰਮ੍ਰਿਤਸਰ ਆਏ ਹੋਏ ਹਾਂ ਮੈਰਿਜ 'ਤੇ, ਜਿਹੜਾ ਆਪਾਂ ਉਦਣ ਸ਼ਗਨ 'ਤੇ ਆਏ, ਸ਼ਗਨ 'ਤੇ ਆਏ ਸੀ। ਅਤੇ ਅੱਜ ਆਪਾਂ ਅੱਜ ਬਰਾਤ ਆ, ਅਤੇ ਆ ਸਾਡੀ ਜੋੜੀ ਵੇਖ ਲਓ, ਇਹ ਪੈਲਸ ਦੀ ਬਾਹਰਲੀ ਲੁੱਕ ਆ। ਇਹ ਅੰਦਰਲੀ ਆਇਓ, ਅੰਦਰੋਂ ਵੇਖੀਏ। ਸੱਤ ਵੱਜ ਗਏ ਆ ਸ਼ਾਮ ਦੇ, ਹਨੇਰਾ ਹੋ ਗਿਆ ਫੁੱਲ, ਤੇ ਆਪਾਂ ਪਿੰਡ ਨੂੰ ਵਾਪਸ ਜਾਂਦੇ। ਮੈਂ ਅੱਜ ਵਿਆਹ ਫਿਨਿਸ਼ ਹੋ ਗਿਆ, ਘਰੇ ਜਾਂਦੇ। ਮੈਂ ਫੋਨ ਆਇਆ ਡੈਡੀ ਦਾ, ਅਸੀਂ ਉੱਥੋਂ ਥੋੜ੍ਹਾ ਜਿਹਾ ਲੇਟ ਹੋ ਗਏ ਸੀ ਤੁਰੇ ਦਾ, ਤਾਂ ਵੈਸੇ ਅਸੀਂ 5 ਵਜੇ 4:45 ਵਜੇ ਤੁਰੇ ਹਾਂ। ਸਾਨੂੰ ਅੱਧਾ 1.5 ਘੰਟਾ ਸਿਰਫ ਸਾਨੂੰ ਅੰਮ੍ਰਿਤਸਰ ਦੇ ਟ੍ਰੈਫਿਕ 'ਚ ਹੀ ਇੰਨਾ ਟਾਈਮ ਲੱਗ ਗਿਆ। ਲੰਘਦਿਆਂ ਵੀ ਅਸੀਂ ਲੇਟ ਹੋ ਗਏ ਹਾਂ, ਅਤੇ 7 ਵੱਜ ਗਏ, ਅਤੇ ਬਸ ਹੁਣ ਤੱਕ ਅਸੀਂ ਹੁਣ ਤਾਂ ਸਿਰਫ ਆਪਣਾ ਰਹਿ ਗਿਆ ਰਾਹ ਹੈਗਾ, ਸਿਰਫ 10 ਮਿੰਟ ਦਾ ਰਾਹ ਹੈਗਾ। ਡੈਡ ਦਾ ਫੋਨ ਆਇਆ ਸੀ ਕਿ ਹਾਂਜੀ ਵੀ ਅੱਗੋਂ ਅਸੀਂ ਵੇਟ ਕਰ ਰਹੇ ਹਾਂ ਸਾਰੇ ਤੁਹਾਡੀ, ਕਿ ਅਸੀਂ ਸਵਰੀਨ ਦਾ ਬਰਥਡੇ ਸੈਲੀਬ੍ਰੇਟ ਕਰਨਾ। ਕੱਲ ਆਪਾਂ ਉੱਥੇ ਕੀਤਾ ਸੀ ਅੰਮ੍ਰਿਤਸਰ, 1 ਮਿੰਟ ਤੇ ਵਿੱਚੋਂ ਜਿਹਦਾ ਮੀਂਹ ਪੈਣ ਲੱਗ ਗਿਆ ਥੋੜਾ ਜਿਹਾ ਪਿਆ, ਬਟ ਓਕੇ ਫਿਰ ਸਹੀ ਹੋ ਗਿਆ ਹੁਣ ਤਾਂ ਆਪਣੀ। ਓ ਮਾਈ ਗੋਡ, ਦਾਦੂ ਜੀ, ਚਾਚੂ ਜੀ, ਦਾਦੂ ਜੀ ਤੇ ਦਾਦੀ ਜੀ, ਉਹ ਚਾਚੂ ਆ ਗਏ। ਚਾਚੂ ਜੀ ਕਿੰਨੇ ਇੰਨੀ ਸਜਾਵਟ ਕੀਤੀ, ਬੜਾ ਸ਼ਿੰਗਾਰਿਆ ਵਾ ਕੰਮ ਦਾ ਤੁਸੀਂ ਹੈ। ਫੋਨ ਮੇਰਾ ਗੱਡੀ ਚ ਪਿਆ ਹੋਣਾ।
ਸਾਨੂੰ ਪਤਾ ਕੀ ਕਰਨਾ ਕਿੱਥੋਂ ਲਿਆਂਦੀ ਹੈ? ਉਹ ਪੈਂਟ ਪੈਂਟ ਲੰਬੀ ਹੈ, ਟੀ ਸ਼ਰਟ ਛੋਟੀ ਹੈ। ਡੈਕੋਰੇਸ਼ਨ ਫਿਰ ਇਹਨੇ ਕੀਤੀ, ਕਦੋਂ ਕੀਤੀ? ਪ੍ਰਭ ਨੂੰ ਖਵਾ ਦੇ। ਹੈਪੀ
ਆ ਤਾਊ ਨੂੰ ਖਵਾ ਬੋਲੀ ਤਾਊ ਤਾਊ ਖਾ ਲੋ ਹਾਂਜੀ ਤੇ ਇਹ ਸੀ ਸਵਰੀਨ ਦੇ ਬਰਥਡੇ ਦਾ ਵਲੌਗ ਅਤੇ ਸਵਰੀਨ ਤਾਂ ਬਹੁਤ ਜ਼ਿਆਦਾ ਖੁਸ਼ ਸੀ ਜਿਹੜਾ ਕਿ ਉਹਨੂੰ ਸਰਪ੍ਰਾਈਜ਼ ਮਿਲਿਆ ਸੀ ਸੋ ਜਿਨ੍ਹਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਥੈਂਕ ਯੂ